ਉੱਚੀ ਬੋਲੋ, ਠੀਕ ਹੈ ਅੰਕਲ ਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹੈ ਜੀ ਵਿਜੇ ਕੁਮਾਰ। ਠੀਕ ਹੈ ਅੰਕਲ ਜੀ, ਤੁਸੀਂ ਕਿੱਥੇ ਦੇ ਰਹਿਣ ਵਾਲੇ? ਖਨੌਰੀ ਦੇ ਰਹਿਣ ਵਾਲੇ ਜੀ ਅਸੀਂ। ਠੀਕ ਹੈ, ਇੱਥੇ ਤੁਸੀਂ ਇੰਟਰਨੈਟ ਚਲਾ ਰਹੇ ਹੋ? ਹਾਂਜੀ, ਇੱਥੇ ਨੈੱਟ ਚਲਾ ਰਹੇ ਹਾਂ ਜੀ, ਇੱਕ ਮੰਡੀ ਦੇ ਵਿੱਚ ਨੈੱਟ ਹੈ ਨੀਗਾ ਜੀ। ਅਸੀਂ ਘਰ ਤੋਂ 4-5 ਕਿਲੋਮੀਟਰ ਇੱਧਰ ਆਏ ਹੋਏ ਹਾਂ, ਡੇਲੀ 2-3 ਵਾਰ ਜਾਂਦੇ ਹਾਂ ਜੀ। 100-150 ਰੁਪਏ ਦਾ ਸਾਡਾ ਤੇਲ ਚੱਲ ਜਾਂਦਾ ਜੀ ਡੇਲੀ ਜੀ। ਅਤੇ ਸਾਡੀ ਗੁੱਡੀ ਹੈ ਜਿਹੜੀ ਐੱਸ ਸੀ ਏ ਦੀ ਪੜ੍ਹਾਈ ਕਰ ਰਹੀ ਹੈ, ਮਈ ਦੇ ਵਿੱਚ ਪੇਪਰ ਹੈ ਇਹਦੇ, ਅਤੇ ਸਾਨੂੰ ਬਹੁਤ ਦਿੱਕਤ ਆਈ ਪਈ ਹੈ, ਮਤਲਬ ਕਿ 13 ਤਰੀਕ ਤੋਂ ਬੜਾ ਮੁਸ਼ਕਿਲ ਆਉਂਦਾ ਹੋਣਾ, ਬੜਾ ਬਹੁਤ ਔਖਾ ਆਉਂਦਾ ਜੀ ਇੱਥੇ ਵੀ, ਮਤਲਬ ਕਿ ਚਲੋ ਇੱਥੇ ਵੀ ਮਤਲਬ ਵੀ ਗੱਡੀ ਚੱਲ ਜਾਂਦੀ ਹੈ, ਇੱਥੇ ਵੀ ਐਡੀ ਕੋਈ ਵੱਡੀ ਗੱਲ ਨਹੀਂ ਹੈ। ਸਾਡੀ ਗੁੱਡੀ ਦੀਆਂ ਕਲਾਸਾਂ ਆਨਲਾਈਨ ਚੱਲਦੀਆਂ ਨੇ ਸਿੱਧੀਆਂ ਦਿੱਲੀ ਤੋਂ ਲਕਸ਼ਮੀ ਨਗਰ ਤੋਂ ਨੇ, ਉਹ ਵੀ ਪੈਂਡਿੰਗ ਪਈਆਂ ਨੇ, ਹਫ਼ਤਾ ਪੈਂਡਿੰਗ ਲੇਟ ਚੱਲ ਰਹੀ ਹੈ। ਇੱਥੇ ਆ ਕੇ ਜੀ ਇੱਥੇ ਬਹੁਤ ਘੱਟ ਹੀ ਹੈ ਜੀ, ਇਹ ਭਾਖੜਾ ਨਹਿਰ ਹੈ ਜੀ, ਭਾਖੜਾ ਨਹਿਰ ਪੈਂਦੀ ਹੈ ਜੀ ਇਹ। ਇਸ ਕਰਕੇ ਥੋੜੀ ਕੰਮ ਚੱਲ ਰਹੀ ਹੈ ਕਿ ਫੋਨਾਂ ਤੇ ਹੁੰਦੀ ਇਸ ਕਰਕੇ ਜੀ, ਤੇ ਪੇਪਰ ਚੱਲ ਰਹੇ ਸੀ ਮੋਦੀ ਸਾਨੂੰ ਫੈਲ ਕਰਵਾ ਦੇ, ਇੰਟਰਨੈਟ ਬੰਦ ਹੋਰ ਕਰਕੇ ਜੀ। ਇੱਥੇ ਰੇਂਜ ਆਉਂਦੀ ਹੈ ਨਹਿਰ ਤੇ? ਹਾਂਜੀ ਪੂਰੀ ਨੇ ਰੇਂਜ ਆਉਂਦੀ ਹੈ ਜੀ ਇੱਥੇ। ਫਿਰ ਘਰੇ ਕਹਿ ਕੇ ਆਉਂਦੇ ਹੋ ਵੀ ਨਹਿਰ ਤੇ ਜਾ ਰਹੇ ਹਾਂ ਅਸੀਂ? ਹਾਂਜੀ ਘਰੇ ਕਹਿ ਕੇ ਆਉਂਦੇ ਹਾਂ ਜੀ, ਨਹੀਂ ਘਰ ਦੇ ਟੋਲਦੇ ਫਿਰਣਗੇ। ਠੀਕ,